ਬਾਬਾ ਗੁਰਵਿੰਦਰ ਸਿੰਘ ਖੇੜੀ ਦਾ ਪੈ ਗਿਆ ਆਪਦੇ ਸਹੁਰੇ ਨਾਲ ਪੰਗਾ। ਫੋਰਚੂਨਰ ਗੱਡੀ ਤੇ ਗਿਆ ਸੀ ਖੇੜੀ ਵਾਲਾ ਬਾਬਾ ਆਪਣੀ ਘਰਵਾਲੀ ਲੈਣ। ਸਹੁਰਿਆਂ ਨੇ ਕੀਤੀ ਬਾਬੇ ਨਾਲ ਕੁੱਟਮਾਰ। ਬਾਬੇ ਦੇ ਤੋੜ ਤੇ ਚਾਰੇ ਦੰਦ, ਲੱਤਾਂ ਬਾਹਾਂ ਤੇ ਵੀ ਕਾਫੀ ਜ਼ਿਆਦਾ ਗਹਿਰੀਆਂ ਸੱਟਾਂ ਲੱਗੀਆਂ ਨੇ। ਰਾਣਾ ਮਾਰ ਮਾਰ ਕੇ ਭੰਨਤੀ ਬਾਬੇ ਦੀ ਫੋਰਚੂਨਰ ਗੱਡੀ। ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ, ਜਿਸ ਵਿੱਚ ਖੇੜੀ ਵਾਲੇ ਬਾਬੇ ਦੀ ਸੱਸ ਇਹ ਕਹਿ ਰਹੀ ਹੈ ਕਿ ਮੈਂ ਤਾਂ ਆਪਣੀ ਧੀ ਦੇ ਕੇ ਪਛਤਾਈ ਬਾਬੇ ਨੂੰ। ਖੇੜੀ ਵਾਲੇ ਬਾਬੇ ਦੀ ਸੱਸ ਦੇ ਪਰਦੇ ਵਿੱਚ ਵੀ ਗੋਲੀ ਵੱਜੀ ਹੈ। ਬਾਬੇ ਨੇ ਕਿਹਾ ਤੇ ਇਲਜ਼ਾਮ ਵੀ ਲਗਾਏ ਨੇ ਆਪਣੇ ਸਹੁਰੇ ਪਰਿਵਾਰ ਦੇ ਉੱਤੇ। ਬਾਬੇ ਨੇ ਕਿਹਾ ਕਿ 2 ਮਹੀਨਿਆਂ ਤੋਂ ਮੇਰੀ ਘਰਵਾਲੀ ਇਹਨਾਂ ਨੇ ਕਿਡਨੈਪ ਕਰਕੇ ਰੱਖੀ ਹੋਈ ਹੈ। ਬਾਬੇ ਦਾ ਆਪਣੇ ਸਹੁਰਿਆਂ ਨਾਲ ਕਾਫੀ ਵਿਵਾਦ ਪਕਿਆ ਹੋਇਆ। ਬਾਬਾ ਜਦੋਂ ਵਿਆਹਿਆ ਸੀ ਤਾਂ ਇਸਦੀ ਘਰਵਾਲੀ ਦਾ ਇਹ ਕਹਿਣਾ ਸੀ ਕਿ ਮੈਂ ਖੁਦ ਅਫੀਮ ਦੀ ਗੋਲੀ ਵੱਟ ਕੇ ਦਿੰਦੀ ਹਾਂ ਬਾਬੇ ਨੂੰ। ਬਹੁਤ ਪਿਆਰ ਸੀ ਇਹਨਾਂ ਦੇ ਪਰਿਵਾਰ ਦੇ ਵਿੱਚ। ਖੇੜੀ ਵਾਲੇ ਬਾਬੇ ਦੀਆਂ ਕਾਫੀ ਇੰਟਰਵਿਊਜ਼ ਵੀ ਨੇ ਸੋਸ਼ਲ ਮੀਡੀਆ 'ਤੇ। ਤੁਹਾਡੇ ਕੀ ਵਿਚਾਰ ਨੇ ਇਸ ਵਿਵਾਦ ਦੇ ਬਾਰੇ, ਕਮੈਂਟ ਜ਼ਰੂਰ ਕਰਿਓ। ਬਾਕੀ ਜੋ ਵੀਰ ਅਤੇ ਭੈਣਾਂ ਆਪਣੇ ਚੈਨਲ ਦੇ ਉੱਪਰ ਨਵੇਂ ਨੇ, ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਬਾਕੀ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ।